ਸਾਦਾ ਜਿਹਾ, ਬਾਕੀ ਮੇਰੇ ਤੇ ਕਾਫੀ ਪਸੰਦ ਆਇਆ। ਗੋਲਡਨ ਕਲਰ ਦੇ ਪਾਵੇ ਵਗੈਰਾ ਬਣਾਏ ਹੋਏ ਨੇ। 6 ਮਹੀਨੇ ਦਾ ਇਕੱਠਾ ਕਚਰਾ ਜਿਹੜਾ ਅਗਲਾ ਸਾਫ ਹੋ ਰਿਹਾ। ਟੰਕੀ ਜਿਹੜੀ ਹੈਗੀ ਨਾ ਥੱਲੇ ਲਾ ਕੇ ਬਿਲਕੁਲ ਸਾਫ਼ ਸੁਥਰੀ ਕਰਕੇ, ਫਰੈਸ਼ ਕਰਕੇ, ਮੇਰੇ ਖਿਆਲ ਦੇ ਵਿੱਚ ਨਾ ਹੁਣ ਕੋਈ ਕਸਰ ਨਹੀਂ ਰਹਿ ਗਈ। ਬਾਕੀ ਦਿਹਾ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਮਾਸ਼ਾਅੱਲਾ ਚੈੱਕ ਕਰ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਇਹ ਦੇਖੋ ਭਾਈ ਸਾਹਿਬ ਬਿੰਗਨ ਲੱਗਿਆ ਹੋਇਆ। ਇਹ ਦੇਖੋ ਮਾਸ਼ਾਅੱਲਾ, ਬਗੈਰ ਕੀੜੇ ਤੋਂ ਬਿੰਗਨ ਲੱਗਿਆ ਖੜਾ ਭਾਈ ਜੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਅਸਲਾਮੁ ਅਲੈਕੁਮ ਜੀ। ਵੈਲਕਮ ਬੈਕ ਹੋ ਗਿਆ ਜੀ ਸਾਡੇ ਦੂਸਰੇ ਵਲਾਗ ਵਿੱਚ। ਔਰ ਅਲਹਮਦੁਲਿਲਾ ਜੀ ਸਾਡਾ ਸੈਂਟਰ ਟੇਬਲ ਵੀ ਆ ਚੁੱਕਿਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਉਸ ਤੋਂ ਪਹਿਲੇ ਅਸੀਂ ਕਰਨ ਲੱਗੇ ਹਾਂ ਜੀ ਟੈਂਕੀ ਸਾਫ਼। ਬੱਚੇ ਸਕੂਲ 'ਚੋਂ ਆ ਗਏ ਸੀ ਔਰ ਟੈਂਕੀ ਬਹੁਤ ਅੱਛਾ, ਇਹਦੇ ਵਿੱਚ ਨਾ ਪਾਣੀ ਖੜਾ ਹੋਇਆ ਔਰ ਨਾ ਪੈਪ ਲਾ ਕੇ ਲਿਆ। ਪਾਣੀ ਪਹਿਲੇ ਕੱਢ ਲਈਏ ਕਿਉਂਕਿ ਨਾ ਪਾਣੀ ਨਾ ਭਰੀ ਹੋਈ, ਇਸ ਤਰ੍ਹਾਂ ਤੋਂ ਉਤਰਨੀ ਨਹੀਂ ਨਾ। ਪਹਿਲੇ ਵਾਲਾ ਪਾਣੀ ਸਾਰਾ ਕੱਢ ਲੈਂਦੇ ਹਾਂ ਔਰ ਫਿਰ ਕਰਦੇ ਹਾਂ ਜੀ ਇਹਨੂੰ ਸਾਫ਼। ਬੇਗਮ ਸਾਹਿਬਾਂ ਵੀ ਆ ਗਈ, ਜਿਹੜਾ ਬਾਕੀ ਸਫਾਈ ਵਗੈਰਾ ਰਹਿੰਦੀ ਹੈ ਨਾ ਉਹ ਸਫਾਈ ਕਰਦੀ ਪਈ। ਇੱਥੋਂ ਝਾੜੂ ਮਾਰਨ ਰਹਿ ਗਿਆ ਸੀ, ਬਾਕੀ ਸਾਰਾ ਹੋ ਗਿਆ। ਔਰ ਗੰਦ ਤਾਂ ਵਗਦਾ ਹੀ ਰਹਿਣਾ, ਜਿੰਨੀ ਅਸੀਂ ਮਰਜ਼ੀ ਸਫਾਈ ਕਰ ਲਈਏ, ਤੁਹਾਨੂੰ ਅਸੀਂ ਪਹਿਲੇ ਵੀ ਦੱਸ ਦਿੰਦੇ ਹਾਂ। ਹਾਂ ਉਹ ਦੱਸਿਆ ਨਾ ਪਾਣੀ ਗੰਦਾ ਹੈਗਾ, ਅੱਗੇ ਦਿਖਾਇਆ ਸੀ ਦੁਪਹਿਰ ਟਾਈਮ, ਪਾਣੀ ਇੰਨਾ ਗੰਦਾ ਹੋਇਆ ਪਿਆ, ਇੰਝ ਲੱਗਦਾ ਜਿਵੇਂ ਜ਼ਰਦੇ ਦੀ ਰੰਗ ਹੋਵੇ ਨਾ। ਪਾਣੀ ਦੇਖੋ ਕਿੰਨਾ ਗੰਦਾ, ਓਏ ਹੋਏ 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 ਹੋਏ। ਅਸਲ 'ਤੇ ਬੰਦ ਪਈ ਨਾ 5-6 ਮਹੀਨੇ ਤਾਂ ਪਾਣੀ ਖਰਾਬ ਹੋ ਗਿਆ। ਦੇਖੋ ਨਾ ਪਾਣੀ ਕੀ ਹੋ ਰਿਹਾ, ਓਏ ਓਏ। ਪਹਿਲੇ ਵਾਲਾ ਸਾਰਾ ਪਾਣੀ ਬਾਹਰ ਕੱਢ ਕੇ ਨਾ ਟੈਂਕੀ ਨੂੰ ਸਾਫ਼ ਕਰਕੇ ਫਿਰ ਨਵਾਂ ਪਾਣੀ ਭਰਾਂਗੇ। ਛੇ ਮਹੀਨੇ ਦਾ ਇਕੱਠਾ ਕਚਰਾ ਜਿਹੜਾ ਅਗਲਾ ਸਾਫ਼ ਹੋ ਰਿਹਾ। ਬੱਦਲ ਸ਼ਰੀਫ ਜਿਹੜੇ ਹੈਗੇ ਨਾ ਜਾਣ ਦਾ ਨਾਂ ਨਹੀਂ ਲੈ ਰਹੇ, ਅਤੇ ਅੱਲਾ ਪਾਕ ਦੀ ਰਿਕੁਐਸਟ ਹੈਗੀ ਕਿ ਬਾਰਿਸ਼ ਜਿਹੜਾ ਹੈਗਾ ਨਾ ਹੀ ਹੋਵੇ ਤਾਂ ਹੁਣ ਬਿਹਤਰ ਹੈ। ਮੈਂ ਵੀਡੀਓ ਵਗੈਰਾ ਦੇਖ ਰਿਹਾ, ਬਹੁਤ ਜ਼ਿਆਦਾ ਗੰਦਮ ਦਾ ਨੁਕਸਾਨ ਹੋ ਰਿਹਾ, ਬਹੁਤ ਜ਼ਿਆਦਾ। ਬਾਕੀ ਅੱਲਾ ਪਾਕ ਬਿਹਤਰ ਜਾਣਦਾ, ਜੋ ਕਰਦਾ ਅੱਲਾ ਪਾਕ ਠੀਕ ਕਰਦਾ। ਲੇਕਿਨ ਸਿਆਣੇ ਕਹਿੰਦੇ ਨੇ ਕਿ ਅੱਜ ਕੱਲ੍ਹ ਜਿਹੜੀ ਹੈਗੀ ਨਾ ਸੋਨੇ ਦੀ ਕਣੀ ਵੀ ਜਿਹੜੀ ਹੈਗੀ ਨਾ ਸਮਝ ਲਓ ਕਿ ਮਹਿੰਗੀ ਪੈਂਦੀ, ਉਹ ਵੀ ਅੱਛੀ ਨਹੀਂ ਹੁੰਦੀ। ਟੰਕੀ ਜਿਹੜੀ ਹੈਗੀ ਨਾ ਥੱਲੇ ਲਾ ਕੇ ਬਿਲਕੁਲ ਸਾਫ਼ ਸੁਥਰੀ ਕਰਕੇ, ਫਰੈਸ਼ ਕਰਕੇ ਹੁਣ ਨਾ ਉੱਪਰ ਲਾਉਣ ਲੱਗਿਆਂ। ਔਰ ਇੰਨੀ ਜ਼ਿਆਦਾ ਤਾਂ ਸਾਫ਼ ਨਹੀਂ ਹੋਈ ਕਿਉਂਕਿ ਤੇਜ਼ਾਬ ਵਗੈਰਾ ਕੌਣ ਸੀ, ਲੇਕਿਨ ਸਰਫ ਨੰਦਰੋਂ ਜਿਹੜੀ ਨੇ ਧੋ ਦਿੱਤੀ ਹੈ। ਇਹ ਵਾਲੀ ਜਗ੍ਹਾ ਵੀ ਥੋੜ੍ਹੀ ਬਹੁਤੀ ਸਾਫ਼ ਕੀਤੀ ਹੈ, ਇਹ ਵਾਲੀ ਹੋ ਗਈ ਸਮਝ ਲਓ ਕਿ ਇਹ ਥੋੜ੍ਹੀ ਬਹੁਤੀ। ਬੇਗਮ ਨੇ ਝਾੜੂ ਵਗੈਰਾ ਮਾਰਤਾ, ਇਹਨੂੰ ਥੋੜ੍ਹਾ ਬਹੁਤ ਹੁਣ ਧੋ ਦਿੰਦੇ ਹਾਂ ਔਰ ਉਹ ਵੀ ਸੋਲਰ ਪੰਪ ਚਲਾ ਕੇ ਇਹਨੂੰ ਧੋਵਾਂਗੇ। ਸੋਲਰ ਪਲੇਟ ਜਿਹੜੀ ਹੈ ਨਾ ਦੁਬਾਰਾ ਫਿਰ ਲਾਉਣੀ ਪੈ ਗਈ ਥੱਲੇ ਵਾਲੀ ਸਾਈਡ 'ਤੇ, ਅਤੇ ਧੁੱਪ ਚਲੀ ਗਈ ਹੈ। ਬੈਟਰੀ ਜਿਹੜਾ ਹੈਗਾ ਨਾ ਖਤਮ ਹੋਣ ਲੱਗੀ ਸੀ ਕਿਉਂਕਿ ਕਾਫੀ ਸਾਰਾ ਟਾਈਮ ਅੱਜ ਮੋਟਰ ਚਲਾਈਏ ਔਰ ਹੁਣ ਥੋੜ੍ਹਾ ਬਹੁਤ ਆਸਰ ਹੋਇਆ। ਵੇਖੀ ਵੇਖੀ ਕੀ ਬਲਾ, ਨਹੀਂ ਨਹੀਂ ਬਿੱਲਾ ਨਹੀਂ ਗਈ ਆ, ਮੱਝ ਨੇ ਮਾਰਿਆ ਮੈਂ ਪਤਾ ਨਹੀਂ ਕੀ। ਔਰ ਇੱਧਰ ਮਾਂ ਪੋਤਰ ਜਿਹੜਾ ਹੈਗਾ ਨਾ ਮਿੱਟੀ ਵਗੈਰਾ 'ਚ ਸਾਰੀ ਚੱਕ ਲਓ ਮਿੱਟੀ। ਸ਼ਾਬਾ 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 ਸ਼ਾਬਾ, ਇਹ ਸਾਰਾ ਗੰਦ ਮਾਰਿਆ ਹੀ ਤੁਸੀਂ, ਇਹ ਅਤੇ ਸਾਫ਼ ਹੀ ਤੁਸੀਂ ਕਰਨਾ। ਬੇਗਮ ਸਾਹਿਬ ਬੜਾ ਗੁੱਸਾ, ਦੀਪ ਕਹਿ ਰਹੀ ਮਿੱਟੀ ਉਹਨਾਂ ਨੇ ਖਿਲਾਰੀ ਉਜਣੀ ਸਾਨੂੰ ਪਈ ਖੜੀ ਹੈ। ਲੇਕਿਨ ਅੱਜ ਨਾ ਮਾਸ਼ਾਅੱਲਾ ਪਹਿਲੇ ਨਾਲ ਘਰ ਥੋੜ੍ਹਾ ਬਹੁਤ ਬਿਹਤਰ ਹੋ ਗਿਆ, ਜ਼ਿਆਦਾ ਨਹੀਂ ਥੋੜ੍ਹਾ ਬਹੁਤ ਬਿਹਤਰ। ਫਿਰ ਤੁਹਾਨੂੰ ਵਿਖਾਉਂਦੇ ਹਾਂ ਜੀ ਟੇਬਲ ਸੈਂਟਰ ਕੇ ਸੈਂਟਰ ਟੇਬਲ ਸੈੱਟ, ਸੋਫਾ ਸੈੱਟ ਵਾਲਾ। ਅਲਹਮਦੁਲਿਲਾ ਵੀ ਸਾਡਾ ਘਰ ਪਹੁੰਚ ਚੁੱਕਿਆ, ਲੇਕਿਨ ਸਾਨੂੰ ਇਹ ਥੋੜ੍ਹਾ ਬਹੁਤਾ ਕੰਮ ਇਸ ਸਾਈਡ ਤੋਂ, ਇਹ ਦੇਖੋ ਨਾ ਸਾਫ਼ ਸੁਥਰੀ ਹੋ ਗਈ ਥੋੜ੍ਹੀ ਬਹੁਤੀ, ਇਹ ਸਾਈਡ ਰਹਿ ਗਈ, ਪਾਣੀ ਵਗੈਰਾ ਮਾਰ ਕੇ ਨਾ ਕਰਦੇ ਹਾਂ ਸਾਫ਼। ਦੋ ਵਾਰੀ ਬਿੱਲਾ ਜਿਹੜਾ ਹੈਗਾ ਨਾ ਪਿਆ,
ਸ਼ੁਕਰ ਸਾਡੀਆਂ ਮੁਰਗੀਆਂ ਬਚ ਗਈਆਂ ਨੇ। ਹੁਣ ਤਾਂ ਮੱਝ ਨੇ ਮਾਰਿਆ ਸੀ, ਹੁਣ ਬਿੱਲਾ ਨਹੀਂ ਸੀ। ਅੱਜ ਇਹਨਾਂ ਨੇ ਮੇਰਾ ਥੋੜ੍ਹਾ ਬਹੁਤਾ ਜਿਹੜਾ ਹੈਗਾ ਨਾ ਸਾਥ ਦਿੱਤਾ। ਪਿਛਲੇ 2 ਦਿਨ ਹੋ ਗਏ ਮੈਂ ਇਕੱਲਾ ਜਿਹੜਾ ਹੈਗਾ ਨਾ ਕੰਮ ਲੱਗਿਆ ਹੋਇਆ। ਇਹ ਫਟਾਫਟ ਕਰਕੇ ਆਪਾਂ ਚੱਲੀਏ ਜਾ ਕੇ ਪਾਟਿਆ ਵੀ ਉਹ ਕੀ ਕਹਿੰਦੇ ਨੇ ਪੱਠੇ ਪੁੱਠੇ। ਪੂਰਾ ਕਚਰਾ ਸਾਫ਼ ਕਰਨ ਤੋਂ ਬਾਅਦ ਜਗ੍ਹਾ ਚੈੱਕ ਕਰੋ। ਹਾਲੇ ਤੱਕ ਮਾੜਾ ਮੋਟਾ ਹੈ, ਲੇਕਿਨ ਆਸਤਾ ਆਸਤਾ ਬਾਰਿਸ਼ ਨੇ ਆਪੇ ਹੀ ਧੋਪ ਜਾਵੇਗਾ। ਹੁਣ ਇਸ ਜਗ੍ਹਾ 'ਤੇ ਮੈਂ ਨਾ ਕੋਈ ਮਿੱਟੀ ਵਗੈਰਾ ਹੋਰ ਜਮ੍ਹਾਂ ਕਰਕੇ ਨਾ ਮਸਲ ਕਿਆਰੀ ਵਗੈਰਾ ਕਿਸੇ ਕਿਸਮ ਦੀ ਬਣਾ ਕੇ ਅਤੇ ਇੱਥੇ ਨਾ ਸਬਜ਼ੀਆਂ ਵਗੈਰਾ ਲਾਉਂਦੇ ਹਾਂ, ਫੁੱਲ ਵਗੈਰਾ ਲਾਉਂਦੇ ਹਾਂ, ਇਹ ਜਗ੍ਹਾ ਨਾ ਹੋਰ ਸਾਫ਼ ਸੁਥਰੀ ਖੂਬਸੂਰਤ ਕਰਨੇ। ਇੱਥੇ ਪਹਿਲਾਂ ਹੀ ਫੁੱਲ ਵਗੈਰਾ ਲੱਗੇ ਹੋਏ, ਲੇਕਿਨ ਇਹ ਇੱਕ ਥੋੜ੍ਹੇ ਜਿਹੇ ਨੇ। ਆਲ ਟੂ ਆਲ ਗਰ ਜਿਹੜਾ ਹੈਗਾ ਨਾ ਤੁਸੀਂ ਦੇਖ ਸਕਦੇ ਹੋ, ਮਾਸ਼ਾਅੱਲਾ ਹੁਣ ਤਾਂ ਨਾ ਚਮਕ ਰਿਹਾ। ਮੇਰੇ ਖਿਆਲ ਦੇ ਵਿੱਚ ਨਾ ਹੁਣ ਕੋਈ ਕਸਰ ਨਹੀਂ ਰਹਿ ਗਈ। ਬਾਕੀ ਦਿਹਾਤ ਪਿੰਡ ਦਾ ਘਰ ਹੈ, ਇੰਨਾ ਇੱਕ ਤਾਂ ਜਿਹੜਾ ਹੈਗਾ ਨਾ ਫਿਰ ਚੱਲਦਾ। ਬਾਕੀ ਗਾਡਰ ਵਗੈਰਾ ਰੱਖਿਆ, ਉਹ ਚੱਕ ਕੇ ਨਾ ਉੱਪਰ ਰੱਖਣਾ। ਹੁਣ ਚੱਲਦੇ ਹਾਂ ਜੀ, ਚੱਲ ਕੇ ਜਾਣਾ ਪੱਠੇ ਵੱਢਦੇ ਹਾਂ। ਬੇਗਮ ਸਾਹਿਬਾ ਪਹਿਲੇ ਜਿਹੜਾ ਹੈਗਾ ਨਾ ਚਲੇ ਗਈ ਪੱਠੇ ਵੱਢਣ ਵਾਸਤੇ। ਉਹ ਦੇਖੋ ਪੱਠੇ ਵੱਢਦੀ ਪਈ ਆ, ਚੱਕ ਚੁਕਾ ਕੇ ਉਹਨੂੰ ਲੈ ਆਉਂਦੇ ਹਾਂ। ਉਸ ਤੋਂ ਪਹਿਲੇ ਤੁਹਾਨੂੰ ਨਾ ਤਰਬੂਜ਼ ਚੈੱਕ ਕਰਾ ਕੇ ਇੱਧਰੋਂ ਤਰਬੂਜ਼ ਤੁਹਾਨੂੰ ਦਿਖਾ ਕੇ ਇੱਧਰੋਂ ਦੀ ਇੰਝ ਜਿਹੜਾ ਗੱਲ ਨਿਕਲ ਜਾਵਾਂਗੇ। ਉਹਨੇ ਸਪਰੇਅ ਕਰਤਾ, ਸਪਰੇਅ ਦਾ ਮੁਸ਼ਕ ਜਿਹੜਾ ਨਾ ਇੱਥੇ ਤੱਕ ਆ ਰਿਹਾ। ਸਪਰੇਅ ਕਰੇਗਾ ਨਾ ਫਾਇਦਾ ਹੁੰਦਾ, ਵੈਸੇ ਇੱਥੇ ਪਿਛਲੀ ਸਾਈਡ 'ਤੇ ਗਿਰੇ ਵੀ ਸਪਰੇਅ ਹੋਵੇ ਅਤੇ ਮੱਛਰ ਜਿਹੜਾ ਹੈਗਾ ਨਾ ਮਰ ਜਾਂਦਾ ਜਿੰਨਾ ਇੱਕ ਵੀ ਹੋਵੇ। ਮਾਸ਼ਾਅੱਲਾ ਚੈੱਕ ਕਰੋ, ਮਿਰਚਾਂ ਵਗੈਰਾ ਦੇ ਐਡੇ ਐਡੇ ਵੱਡੇ ਬੂਟੇ ਹੋਏ ਭੈਣ, ਲੇਕਿਨ ਮਿਰਚ ਨਹੀਂ ਲੱਗੀ ਨਹੀਂ। ਮੈਂ ਮਾਸ਼ਾਅੱਲਾ ਮਿਰਚਾਂ ਤਾਂ ਭਰੀਆਂ ਪਈਆਂ ਨੇ। ਆਹ ਹਾ 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 ਹਾ, ਮਾਸ਼ਾਅੱਲਾ ਚੈੱਕ ਕਰੋ, ਔਰ ਪਿਓਰ ਦੇਸੀ ਮਿਰਚ ਲੱਗੀ ਹੋਈ ਆ। ਦੇਖੋ ਭਾਈ ਸਾਹਿਬ ਮਾਸ਼ਾਅੱਲਾ ਮਿਰਚਾਂ ਵੀ ਲੱਗੀਆਂ ਪਈਆਂ ਨੇ, ਔਰ ਇਹ ਗੱਡੇ ਹੋਏ ਨੇ ਟਿੰਡੇ, ਔਰ ਟਿੰਡੇ ਵੀ ਜਿਹੜੇ ਹੈਗੇ ਨੇ ਲੱਗਦੇ ਪਏ ਨੇ। ਇਹ ਦੇਖੋ ਟਿੰਡੇ ਵੀ ਲੱਗ ਰਹੇ ਨੇ। ਮਾਸ਼ਾਅੱਲਾ ਜਿਹੜੇ ਤਰਬੂਜ਼ ਹੈਗੇ ਨਾ ਉਹ ਤਾਂ ਵੱਡੇ ਵੱਡੇ ਹੋਏ ਪਏ, ਤੁਹਾਨੂੰ ਦਿਖਾ ਹੀ ਦੇਈਏ ਅੱਜ। ਚੈੱਕ ਕਰੋ ਭਾਈ ਸਾਹਿਬ, ਐਡੇ ਐਡੇ ਵੱਡੇ ਹੋਏ ਪਏ ਨੇ ਤਰਬੂਜ਼, ਕਾਫੀ ਸਾਰੇ ਲੱਗੇ ਹੋਏ ਨੇ, ਲੇਕਿਨ ਹਾਲੇ ਤੱਕ ਨਾ ਕੱਚੇ ਨੇ, ਹਾਲੇ ਤੱਕ ਨਾ ਖਾਣ ਪੀਣ ਦੇ ਹਿਸਾਬ ਵਿੱਚ ਕੋਈ ਨਹੀਂ, ਲੇਕਿਨ ਮਾਸ਼ਾਅੱਲਾ ਦੇਖੋ ਕਾਫੀ ਐਡੇ ਐਡੇ ਵੱਡੇ ਹੋਏ ਪਏ ਨੇ। ਇਹ ਹਾਲੀ ਤੋੜ ਤੱਕ ਮਿਰਚ ਗੱਡੀ ਹੋਈ ਹੈ, ਔਰ ਅੱਗੇ ਵੀ ਤੁਹਾਨੂੰ ਦਿਖਾਇਆ ਮਿਰਚਾਂ, ਦੇਖੋ ਮਾਸ਼ਾਅੱਲਾ ਭਰੀਆਂ ਪਈਆਂ ਨੇ। ਚੈੱਕ ਕਰੋ, ਔਰ ਬਿਲਕੁਲ ਦੇਸੀ ਮਿਰਚ ਹੈਗੀ। ਤੁਹਾਨੂੰ ਸਾਰੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਚੈੱਕ ਕਰਾਉਣਾ ਕਿਹੜੀਆਂ ਕਿਹੜੀਆਂ ਲੱਗੀਆਂ ਹੋਈਆਂ ਨੇ। ਉਸ ਸਾਈਡ 'ਤੇ ਟਮਾਟਰ ਵੀ ਹੈ, ਟਿੰਡੀਆਂ ਅੱਗੇ ਦਿਖਾਈਆਂ ਸੀ, ਟਮਾਟਰ ਮੇਰੇ ਖਿਆਲ ਹੁਣ ਨਾ ਲੱਗ ਗਏ ਹੋਣੇ ਨੇ। ਇਹ ਵਾਲੀ ਵੱਡੀ ਸਾਰੀ ਜਿਹੜੀ ਵੱਲ ਖੜੀ ਹੈ ਨਾ, ਇਹ ਖੜੀ ਹੈ ਜੀ ਪੇਠੇ ਦੀ, ਇਹ ਵਾਲੀ। ਔਰ ਪਤਾ ਨਹੀਂ ਪੇਠੇ ਵਗੈਰਾ ਲੱਗੇ ਹੋਏ ਨੇ ਕਿ ਨਹੀਂ ਲੱਗੇ ਹੋਏ, ਅੱਗੇ ਚੱਲ ਕੇ ਦੇਖ ਲੈਂਦੇ। ਔਰ ਆਹ ਟਿੰਡੇ ਲੱਗੇ ਹੋਏ ਨੇ, ਮਾਸ਼ਾਅੱਲਾ ਟਿੰਡੇ ਵੀ ਲੱਗੇ ਖੜੇ ਨੇ। ਚੈੱਕ ਕਰੋ ਟਿੰਡਾ, ਟਿੰਡੇ ਕਾਫੀ ਸਾਰੇ ਮਾਸ਼ਾਅੱਲਾ ਲੱਗ ਰਹੇ ਨੇ। ਪੇਠਾ ਚੱਲ ਕੇ ਚੈੱਕ ਕਰਨੇ ਆ, ਪੇਠਾ ਲੱਗਿਆ ਹੋਇਆ ਕਿ ਮਾਸ਼ਾਅੱਲਾ ਮਾਸ਼ਾਅੱਲਾ। ਚੈੱਕ ਕਰੋ ਭਾਈ ਸਾਹਿਬ, ਪੇਠਾ ਵੀ ਲੱਗਿਆ ਪਿਆ, ਔਰ ਵਿੱਚ ਕੋਈ ਵੱਡਾ ਵੀ ਹੋਵੇਗਾ ਮੇਰੇ ਖਿਆਲ। ਛੋਟੇ ਛੋਟੇ ਤਾਂ ਲੱਗੇ ਹੋਏ ਨੇ ਜਿਵੇਂ ਇਹ ਛੋਟਾ ਪਿਆ, ਇੱਥੇ ਕੋਈ ਵੱਡਾ ਵੀ ਹੋਵੇਗਾ ਮੇਰੇ ਖਿਆਲ, ਕਿਉਂਕਿ ਵੱਲਾਂ ਕਾਫੀ ਸਾਰੀਆਂ ਨੇ ਨਾ। ਨਹੀਂ ਛੋਟੇ ਛੋਟੇ ਹੀ ਲੱਗੇ ਹੋਏ ਨੇ, ਦੇਖੋ ਨਾ ਵੱਡਾ ਹੋਵੇਗਾ ਸਹੀ, ਲੇਕਿਨ ਨਾ ਵੱਲਾਂ ਵੱਲ ਕਾਫੀ ਸਾਰੀ ਵੱਡੀ ਹੈ, ਮਿਲ ਨਹੀਂ ਰਿਹਾ। ਔਰ ਭਾਈ ਜਿਹੜਾ ਹੈਗਾ ਨਾ ਉਹ ਸਾਹਮਣੇ ਫਿਰਦਾ, ਤੁਸੀਂ ਇਹ ਨਾ ਸੋਚੋ ਕਿ ਮੈਂ ਇਕੱਲਾ ਹੈਗਾ। ਇਹ ਦੇਖੋ ਜੀ ਮਾਲਕ ਵੀ ਇੱਥੇ ਹੀ ਨੇ। ਸਬਜ਼ੀਆਂ ਜਿਹੜੀਆਂ ਹੈਗੀਆਂ ਨਾ ਮੈਨੂੰ ਬਹੁਤ ਜ਼ਿਆਦਾ ਅੱਛੀਆਂ ਲੱਗਦੀਆਂ ਨੇ, ਮਸਲ ਸਬਜ਼ੀ ਗੱਡੀ ਹੋਵੇ ਯੂਰਗੀ ਚੀਜ਼ਾਂ ਨਾਲ ਨੈਚੁਰਲ। ਆਏ ਹਾਏ ਹਾਏ, ਮੈਂ ਇਹਦਾ ਨਾ ਬੜਾ ਵੱਡਾ ਫੈਨ ਹੈ ਇਹਨਾਂ ਚੀਜ਼ਾਂ ਦਾ, ਕਿਉਂਕਿ ਤੁਸੀਂ ਦੇਖਿਆ ਹੁਣ ਗਾਰਡਨ ਮੈਂ ਭਰਿਆ ਹੁੰਦਾ ਸੀ ਸਬਜ਼ੀਆਂ ਦਾ, ਲੇਕਿਨ ਹੁਣ ਵੀ ਮਾਰੀਆਂ ਬੁੱਕੀ ਗੱਡੀਆਂ, ਲੇਕਿਨ ਹਾਲੇ ਮੇਰੀਆਂ ਹੋਈਆਂ ਨਹੀਂ ਅਤੇ, ਲੇਕਿਨ ਮੈਂ ਇੰਝ ਯਕੀਨ ਕਰ ਜੋ ਇਹਨਾਂ ਨੂੰ ਆ ਕੇ ਦੇਖਣਾ ਨਾ ਜਿਵੇਂ ਮੇਰੇ ਆਪਣੇ ਖੇਤ ਨੇ। ਔਰ ਇਹ ਵੀ ਸਾਰੀਆਂ ਮਿਰਚਾਂ, ਔਰ ਇਹ ਸਾਈਡ 'ਤੇ ਪਿਆਜ਼ ਵੀ ਗੱਡਿਆ ਹੋਇਆ ਮਾਸ਼ਾਅੱਲਾ। ਚੈੱਕ ਕਰੋ ਇਹ ਹੈਗਾ ਜੀ ਪਿਆਜ਼, ਔਰ ਇੱਧਰ ਗੱਡੀਆਂ ਹੋਈਆਂ ਨੇ ਭਿੰਡੀ ਤੋਰੀ, ਭਿੰਡੀ ਤੋਰੀ ਵੀ ਲੱਗਣੀ ਸ਼ੁਰੂ ਹੋ ਗਈ ਹੈ।
ਇਹ ਦੇਖੋ ਜੀ ਮਾਸ਼ਾਅੱਲਾ ਭਿੰਡੀ ਛੋਟੀ ਛੋਟੀ ਹਾਲੇ ਲੱਗੀ ਹੋਈ ਹੈ। ਮੈਂ ਖੇਤਾਂ ਵਾਲੀ ਸਾਈਡ 'ਤੇ ਆਇਆ ਨਾ ਅਤੇ ਬਾਈ ਨੇ ਬਕਾਇਦਾ ਮੈਨੂੰ ਸੱਦ ਕੇ ਕਿਹਾ ਕਿ ਮਿਰਚਾਂ ਵਗੈਰਾ ਖੋ ਕੇ ਲੈ ਜਾਣੀਆਂ ਨੇ ਕੁਛ ਹੈ ਅਤੇ ਲੈ ਜਾ। ਮੈਂ ਕਹਿੰਦਾ ਜੀ ਹਾਲੇ ਤੱਕ ਛੋਟੀਆਂ ਨੇ ਔਰ ਸਾਨੂੰ ਮਸਲ ਜ਼ਰੂਰਤ ਹੀ ਹਾਲੇ ਤੱਕ ਕੋਈ ਨਹੀਂ ਹੈ। ਕੋਈ ਨਹੀਂ ਅੱਗੇ ਪਿੱਛੇ ਫਿਰ ਨਾ ਲੈ ਜਾਵਾਂਗੇ ਜਦੋਂ ਫਿਰ ਜ਼ਰੂਰਤ ਹੋਵੇਗੀ। ਇਹ ਹੈਗੇ ਜੀ ਟਿੰਡੀ ਦੇ ਖੇਤ। ਮਾਸ਼ਾਅੱਲਾ ਟਿੰਡੀ ਦੇਖੋ ਕਿੰਨੀ ਲੱਗੀ ਹੋਈ ਆ, ਇਜ਼ਾਫੀ ਪਈ ਹੋਈ ਆ, ਲੇਕਿਨ ਬਾਈ ਨੇ ਸਪਰੇਅ ਕਰ ਦਿੱਤਾ। ਹੁਣ ਇਹ ਚੈੱਕ ਕਰੋ ਟਿੰਡੀ ਟਿੰਡੀ ਹੋਈ ਪਈ ਆ ਮਾਸ਼ਾਅੱਲਾ। ਫੁੱਲ ਫੁੱਲ ਕਿੰਨਾ ਇਹਦਾ ਪਿਆਰਾ ਹੁੰਦਾ ਟਿੰਡੀ ਦਾ। ਇਹ ਖੜੇ ਹੈਗੇ ਜੀ ਬੈਂਗਣ ਦੇ ਪੌਦੇ ਔਰ ਮਾਸ਼ਾਅੱਲਾ ਬੈਂਗਣ ਲੱਗਿਆ ਹੋਇਆ। ਇਹ ਦੇਖੋ ਮਾਸ਼ਾਅੱਲਾ ਬਗੈਰ ਕੀੜੇ ਤੋਂ ਬੈਂਗਣ ਲੱਗਿਆ ਖੜਾ ਬਾਈ ਜੀ। ਲਾਸਟ ਚੀਜ਼ ਰਹਿ ਗਈ ਆ ਉਹ ਹੈ ਜੀ ਟਮਾਟਰ। ਟਮਾਟਰ ਤੁਹਾਨੂੰ ਦਿਖਾਈਏ ਫਿਰ ਚੱਲਦੇ ਹਾਂ ਪੱਠੇ ਚੱਕ ਕੇ ਲਿਜਾਂਦੇ ਹਾਂ ਕਾਰ ਨੂੰ। ਇਹ ਹੈ ਜੀ ਟਮਾਟਰਾਂ ਦੇ ਪੌਦੇ ਸਾਰੇ। ਆਏ ਹਾਏ ਹਾਏ ਮਾਸ਼ਾਅੱਲਾ ਟਮਾਟਰ ਕਿੱਥੇ ਗਏ, ਖਾਲੀ ਨਜ਼ਰ ਆ ਰਹੇ ਟਮਾਟਰ ਨਜ਼ਰ ਨਹੀਂ ਆ ਰਹੇ। ਮਾਸ਼ਾਅੱਲਾ ਹੈਗੇ ਕਾਫੀ ਜ਼ਿਆਦਾ ਸਿਹਤਮੰਦ ਔਰ ਇੱਥੋਂ ਰੱਖਿਓ ਉੱਥੇ ਤੱਕ ਟਮਾਟਰ ਹੀ ਟਮਾਟਰ ਗੱਡਿਆ ਹੋਇਆ ਸਾਰਾ। ਉਹ ਟਮਾਟਰ ਨਜ਼ਰ ਨਹੀਂ ਆ ਰਿਹਾ ਮੇਰੇ ਕੋਲ, ਹੋਵੇਗਾ ਸਹੀ ਥੱਲੇ ਹੋਵੇਗਾ। ਦੇਖੋ ਬਿਲਕੁਲ ਨਜ਼ਰ ਨਹੀਂ ਆ ਰਿਹਾ ਟਮਾਟਰ, ਪਤਾ ਨਹੀਂ ਕਿੱਥੇ ਗਏ। ਦੇਖੋ ਲੱਗੇ ਹੋਇਆ, ਇਹ ਦੇਖੋ ਭਾਈ ਸਾਹਿਬ ਛੋਟੇ ਛੋਟੇ ਲੱਗੇ ਹੋਏ ਨੇ। ਇਹ ਜਿਹੜੀਆਂ ਇੰਨੀਆਂ ਵੱਡੀਆਂ ਵੱਲਾਂ ਹੋਈਆਂ ਪੀਆਂ ਨਾ, ਇਹ 100% ਜਿਹੜਾ ਮੈਂ ਟਮਾਟਰ ਗੱਡਿਆ ਸੀ ਨਾ ਛੋਟਾ ਛੋਟਾ ਐਡਾ ਐਡਾ ਚੈਰੀ ਟਮਾਟਰ, ਇਹ ਉਹ ਵਾਲਾ ਟਮਾਟਰ ਹੈ ਭਾਈ ਸਾਹਿਬ। ਇਹ ਤਾਂ ਇਹਨਾਂ ਦਾ ਪ੍ਰੋਗਰਾਮ 'ਤੇ ਵੜ ਗਿਆ, ਕਿਉਂਕਿ ਐਡੇ ਐਡੇ ਟਮਾਟਰ ਹੁੰਦੇ ਨੇ, ਜਿੱਡੇ ਜਿੱਡੇ ਬੇਰ ਹੁੰਦੇ ਨੇ ਓਡੇ ਐਡੇ ਟਮਾਟਰ ਹੁੰਦੇ ਨੇ, ਵੱਡੇ ਟਮਾਟਰ ਨਹੀਂ ਹੁੰਦੇ ਹਲੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਮਾਸ਼ਾਅੱਲਾ ਚੈੱਕ ਕਰ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਇਹ ਦੇਖੋ ਭਾਈ ਸਾਹਿਬ ਚੈੱਕ ਕਰੋ ਪਿਆਜ਼, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਜਿਹੜੇ ਪੱਕੇ ਹੋਏ ਨਾ ਉਹ ਵਾਲੇ ਪੱਟ ਰਹੇ ਹਾਂ, ਇੱਕ ਐ ਹੋ ਗਿਆ ਜੀ। ਇਹ ਵਾਲੇ ਪਿਆਜ਼ ਮੈਂ ਨਹੀਂ ਲੈ ਕੇ ਜਾ ਰਿਹਾ, ਬਾਈ ਨੇ ਕਿਹਾ ਮੈਂ ਸਪਰੇਅ ਕਰਦਾ ਪਿਆ ਘਰ ਪਿਆਜ਼ ਲੈ ਜਾਣੇ ਅਤੇ ਮੇਰੇ ਸਪਰੇਅ ਵਾਲੇ ਹੱਥ ਨੇ ਅਤੇ ਪੱਟ 'ਤੇ ਉੱਥੇ ਜਿਹੜਾ ਗਨ ਰੱਖਦੀ। ਮੈਂ ਚਲੋ ਠੀਕ ਹੋ ਗਿਆ। ਬਾਕੀ ਜੀ ਸੂਰਜ ਹੁਣ ਨਾ ਗਰੂਬ ਹੋਣ ਵਾਲਾ, ਪਿਆਜ਼ ਜਿਹੜੇ ਹੈਗੇ ਨਾ ਇੱਥੇ ਰੱਖਣੇ ਆ, ਬਾਈ ਜਿਹੜਾ ਹੈਗਾ ਨਾ ਚੱਕ ਲਵੇਗਾ। ਐ ਪੈ ਨਹੀਂ ਔਰ ਮੈਂ ਚੱਲਦਾ ਜੀ ਬੇਗਮ ਸਾਹਿਬਾਂ ਕੋਲ। ਬੇਗਮ ਨੇ ਤਾਂ ਪੱਠੇ ਪੁੱਠੇ ਵੱਢ ਵੁੱਢ ਲਏ ਨੇ, ਕੋਈ ਇੱਧਰ ਵੱਡੇ ਪਏ ਨੇ ਕੋਈ ਇੱਧਰ ਵੱਡੇ ਪਏ ਨੇ। ਯਾਦ ਮੈਨੂੰ ਨਹੀਂ ਰਿਹਾ ਕੱਪੜਾ ਲੈ ਕੇ ਆਉਣਾ ਸੀ ਜਿੰਨੇ 'ਚ ਬੰਨਣੇ ਸੀ, ਮੈਂ ਤਾਂ ਸੋਚਿਆ ਤੂੰ ਲੈ ਕੇ ਆਇਆ। ਕੋਈ ਨਹੀਂ ਲੈ ਕੇ ਆਈ ਸੀ। ਪੱਠੇ ਵੱਢ ਕੇ ਸੀ ਘਰ ਲੈ ਕੇ ਆ ਗਿਆ ਅਲਹਮਦੁਲਿਲਾ। ਔਰ ਬੇਗਮ ਸਾਹਿਬਾਂ ਪਾ ਰਹੀ ਹੈ ਮੱਝ ਨੂੰ ਸਾਬਤ ਹੀ, ਸਹੀ ਹੈ ਪਾ ਦੇ ਕੋਈ ਮਸਲਾ ਨਹੀਂ। ਮੱਝ ਮੁੱਝ ਚੋਲ ਹੀ ਸੀ, ਪੱਠੇ ਵਗੈਰਾ ਮੱਝ ਨੂੰ ਪਾਤੇ ਸੀ ਔਰ ਸ਼ਾਮ ਹੋ ਚੁੱਕੀ ਹੈ ਜੀ ਮਾਸ਼ਾਅੱਲਾ। ਔਰ ਬੱਦਲ ਵਗੈਰਾ ਕਿੰਨੇ ਪਿਆਰੇ ਲੱਗ ਰਹੇ ਨੇ। ਬੈਟਰੀ ਜਿਹੜੀਆਂ ਨੇ ਚੱਕ ਕੇ ਅੰਦਰ ਰੱਖਣੀ ਹੈ। ਲੇਕਿਨ ਉਸ ਤੋਂ ਪਹਿਲੇ ਤੁਹਾਨੂੰ ਜਿਹੜਾ ਹੈਗਾ ਨਾ ਅਸੀਂ ਦਿਖਾਵੀਏ ਅਲਹਮਦੁਲਿਲਾ ਜੀ ਮਾਸ਼ਾਅੱਲਾ ਪੜੋ ਸਾਰੇ। ਸਾਡਾ ਜਿਹੜਾ ਹੈਗਾ ਨਾ ਉਹ ਆਇਆ ਪਿਆ ਕਿ ਸਾਡੇ ਨੇ ਮੈਨੂੰ ਬੋਲ ਜਾਂਦਾ ਡਾਇਨਿੰਗ ਟੇਬਲ ਨਹੀਂ ਜੀ ਮਸਾਂ ਸੈਂਟਰ ਸੈੱਟ, ਸੈਂਟਰ ਟੇਬਲ ਸੈੱਟ ਜਿਹੜਾ ਹੈਗਾ ਨਾ ਅਲਹਮਦੁਲਿਲਾ ਚੈੱਕ ਕਰੋ। ਔਰ ਇੱਕ ਮੈਂ ਗਲਤੀ ਕੀਤੀ ਹੈ, ਮੈਨੂੰ ਪਤਾ ਨਹੀਂ ਸੀ ਡਿਜ਼ਾਇਨ ਵਗੈਰਾ ਬਾਈ ਨੇ ਭੇਜਿਆ ਸੀ ਵਟਸਐਪ 'ਤੇ, ਲੇਕਿਨ ਮੈਨੂੰ ਡਿਜ਼ਾਇਨ ਵਗੈਰਾ 'ਚ ਸਮਝ ਨਹੀਂ ਆਈ ਸੀ। ਬਹੁਤ ਡੇਂਜਰਸ ਹੈ, ਬਹੁਤ ਹੀ ਡੇਂਜਰਸ।
ਸ਼ੀਸ਼ਾ ਲੱਗਿਆ ਉੱਪਰ ਵਾਲੀ ਸਾਈਡ ਤੇ ਸਾਰਾ ਤੇ ਸਾਡੇ ਬੱਚੇ ਜਿਹੜਾ ਕਰਨ ਜਿਹੜੀ ਸ਼ਾਇਦ ਨਾ ਦਿੱਤੀ। ਹਾਂ ਆਹ ਦੇਖਣ ਜਿਵੇਂ ਹੁਣ ਮਰਦਾ ਪਿਆ, ਛੁਰੀ ਕੁਆੜੀ ਹੱਥੀ ਹੋਈ ਨਾ ਤੇਰੇ ਨੇ ਮਾਰ ਕੇ ਤੋੜ ਦੇ। ਹਾਂ ਬੜਾ ਮਸਲਾ। ਹੁਣ ਮੈਂ ਸੋਚ ਰਿਹਾ ਕਿ ਸ਼ੀਸ਼ਾ ਜਿਹੜਾ ਕਰਨ ਲਵਾ ਕੇ ਨਾ ਰੱਖ ਦਿਆਂਗੇ ਤੇ ਇੰਜ ਕਰਨੇ ਆ। ਇੱਕ ਹੋਰ ਆਈਡੀ ਆ, ਸ਼ੀਸ਼ਾ ਥੱਲੇ ਰਵੇਗਾ ਇਹ ਦੇਖੇ ਨਾ, ਇਸੇ ਕਰਕੇ ਤਾਂ ਮੈਂ ਕਹਿ ਰਿਹਾ ਵੀ ਇਹਨਾਂ ਤੋੜ ਦੇਣਾ ਕੁਛ ਹੱਥੀ ਆਏਗੀ ਲੋਹੇ ਦੀ, ਯਾ ਮਾਰੀ ਇਹਨਾਂ ਨੇ ਸ਼ੀਸ਼ਾ ਟੁੱਟ ਜਾਣਾ। ਇਹਦੇ ਉੱਪਰ ਵਾਲੀ ਸਾਈਡ ਤੇ ਡਿਜ਼ਾਇਨ ਵਾਲਾ ਖੂਬਸੂਰਤ ਜਿਹੜਾ ਹੈਗਾ ਨਾ ਗੱਤਾ ਆਉਂਦਾ ਉਹ ਲਵਾ ਦਿੰਦੇ ਹਾਂ। ਸਹੀ ਨਹੀਂ ਹੈ ਜਾਂ ਲਵਾ ਦਿਆਂਗੇ ਜਾਂ ਉੱਪਰ ਆ ਕੇ, ਲੇਕਿਨ ਇਸ ਤਰ੍ਹਾਂ ਜ਼ਿਆਦਾ ਖੂਬਸੂਰਤ ਨਜ਼ਰ ਆ ਰਿਹਾ, ਤੁਹਾਨੂੰ ਹੀ ਨਜ਼ਰ ਆ ਰਿਹਾ ਹੋਵੇਗਾ। ਸਾਦਾ ਜਿਹਾ ਬਣਿਆ, ਜ਼ਿਆਦਾ ਮਹਿੰਗਾ ਹੀ ਨਹੀਂ ਹੈ, ਮਸਲਾਂ ਡਿਜ਼ਾਇਨਿੰਗ ਵਗੈਰਾ ਨਹੀਂ ਹੈ। ਇਹ ਦੇਖੋ ਹੁਣ ਇਹ ਜਿਹੜੇ ਆ ਟਿੰਗੜੀ ਮਿੰਗਣੀ ਫਿਰਦੇ ਨੇ, ਟਿੰਗਣੀ ਮਿੰਗਣੀ ਟਿੰਗਣੂ ਮਿੰਗਣੂ ਹੋ ਗਿਆ ਹੋ ਗਿਆ ਹੋ ਗਿਆ। ਅਲੱਗ ਕਮਰਾ ਹੋਵੇ ਉਹਦੇ ਵਿੱਚ ਪਾਏ, ਹੁਣ ਆਪਾਂ ਚਾਬੀ ਲਾ ਕੇ ਲਾਕ ਖੋਲੀਏ ਤੇ ਖੁੱਲੇ, ਨਹੀਂ ਤਾਂ ਇਹਨਾਂ ਬੱਚਿਆਂ ਦੇ ਵਾਸਤਾ ਰੋਣਾ ਤਾਂ ਹੀ ਬਚ ਸਕਦੇ ਨੇ। ਸਹੀ, ਇੰਜ ਕਰਨੇ ਆ ਨਾ, ਇਹਨਾਂ ਨੂੰ ਵੈਸੇ ਹੀ ਉੱਪਰ ਰੱਖ ਦਿੰਦੇ ਆ ਛੱਤ ਇੱਕ ਵਾਰੀ। ਹਾਂਜੀ, ਤੇ ਇਹ ਵਾਲਾ ਕਮਰਾ ਜਦੋਂ ਬਣ ਗਿਆ ਨਾ, ਪਰਲਾ ਸਾਰਾ ਸਮਾਨ ਉੱਧਰ ਰੱਖਾਂਗੇ ਤੇ ਇਹ ਵਾਲਾ ਸਮਾਨ ਫਿਰ ਉੱਧਰ ਰੱਖ ਦੇਣਾ। ਸਹੀ ਨਹੀਂ, ਕਿਉਂਕਿ ਥੱਲੇ ਰਿਹਾ ਨਾ ਤੇ ਬੱਚਿਆਂ ਦਾ ਸਾਰੇ ਕਮਰਿਆਂ ਤੇ ਕਬਜ਼ਾ ਹੁੰਦਾ ਤੇ ਇਹ ਜਿਹੜਾ ਹੈਗਾ ਨਾ ਇਹਨਾਂ ਨੇ ਤੋੜ ਪਾਉਂਦੇ। ਇੱਧਰ ਵੇਖ, ਇੱਧਰ ਵੇਖ, ਐ ਵੇਖ, ਸਿਰ ਵੀ ਆਪਣਾ ਬੰਨੀ ਜਾਂਦਾ ਤੇ ਸ਼ੀਸ਼ਾ ਵੀ ਤੋੜੂ ਹੁਣੇ ਨਾਲ। ਇੱਕ ਵਾਰੀ ਸਾਨੂੰ ਵਿਖਾ ਤੇ ਲੈਣ ਦੇ, ਐ ਦੇਖ ਸਾਦਾ ਜਿਹਾ। ਬਾਕੀ ਮੇਰੇ ਤੇ ਕਾਫੀ ਪਸੰਦ ਆਇਆ, ਗੋਲਡਨ ਕਲਰ ਦੇ ਪਾਵੇ ਵਗੈਰਾ ਬਣਾਏ ਹੋਏ ਨੇ ਔਰ ਸਾਰਾ ਤਕਰੀਬਨ ਨਾ ਲੱਕੜ ਦਾ ਬਣਿਆ ਹੋਇਆ, ਟੋਟਲੀ ਥੱਲੇ ਦਾ ਫਰੇਮ ਤੇ ਉੱਪਰ ਨਾ ਸ਼ੀਸ਼ਾ ਲੱਗਿਆ ਹੋਇਆ ਡਿਜ਼ਾਇਨਿੰਗ ਵਾਲਾ। ਆਇਆ ਪਸੰਦ? ਬਿਹਤਰੀਨ ਹੈ ਨਾ, ਸਿਰਫ ਮੇਰੇ ਇੱਕ ਗੱਲੋਂ ਪਸੰਦ ਨਹੀਂ ਆ ਰਿਹਾ ਆ ਜਿਹੜਾ ਸ਼ੀਸ਼ਾ ਲੱਗਿਆ ਹੋਇਆ। ਹਾਂ ਲੇਕਿਨ ਸ਼ੀਸ਼ਾ ਖੂਬਸੂਰਤ ਲੱਗਦਾ ਪਿਆ, ਲੇਕਿਨ ਨਾ ਫਿਰ ਬੱਚੇ ਤੁਹਾਨੂੰ ਪਤਾ ਬੱਚਿਆਂ ਦੀ ਪਰੋ ਨਾ ਥੋੜ੍ਹੀ ਜਿਹੀ ਪ੍ਰੋਬਲਮ ਵਗੈਰਾ ਹੈ। ਲੇਕਿਨ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਸਾਡਾ ਜਿਹੜਾ ਹੈਗਾ ਨਾ ਟੇਬਲ ਸੈਂਟਰ ਸੈੱਟ ਕਿਸ ਤਰ੍ਹਾਂ ਦੇ ਡਿਜ਼ਾਈਨ ਲੱਗਿਆ। ਬਣਦਿਆਂ ਬਣਦਿਆਂ ਵੈਸੇ ਇਹਨੂੰ ਕਾਫੀ ਦਿਨ ਲੱਗ ਗਏ ਨੇ, ਰਮਾਨ ਸਾਹਿਬ ਇਹਨੂੰ ਚੱਕ ਕੇ ਆਪਾਂ ਨੂੰ ਉੱਪਰ ਰੱਖੀ ਹੈ। ਇਹ ਘੰਟੇ ਤੋਂ ਪਹਿਲੇ ਜਿਹੜਾ ਹੈਗਾ ਬੱਚਿਆਂ ਨੇ ਫਰਕ ਕਰ ਦੇਣਾ। ਹਾਂਜੀ, ਸਟੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੀ ਰੱਖਣ ਦੀ ਜਗ੍ਹਾ ਬਣਾਈ ਹੈ। ਪੈਪ ਫਿਰ ਪਿੱਛੇ ਹਟਿਆ, ਥੋੜ੍ਹੀ ਪਈ ਸੀ ਬਚ ਗਿਆ ਮਸਾਂ। ਕਿੱਧਰ ਤੂੰ ਮੈਂ ਤੈਨੂੰ ਅੱਗੇ ਚੱਕਿਆ ਤੇ ਤੂੰ ਫਿਰ ਆ ਗਿਆ ਪਿੱਛੇ। ਇੱਥੇ ਇੱਥੇ ਵੱਡਾ ਨਾਲ ਰੱਖ ਦਿੰਦੇ ਹਾਂ, ਇੱਥੇ ਪਿਆ ਰਹੇਗਾ ਆਰਾਮ ਨਾਲ। ਕਾਫੀ ਸਾਰੇ ਭੈਣ ਭਾਈਆਂ ਦੇ ਨਾਲ ਰਾਤ ਨੂੰ ਕਮੈਂਟ ਸੀ ਕਿ ਨਵਾਜ਼ ਬਈ ਤੁਸੀਂ ਸਫਾਈ ਤੇ ਕਰ ਲਈ, ਘਰ ਦਾ ਕੰਮ ਕਦੋਂ ਸ਼ੁਰੂ ਕਰਵਾਉਣਾ? ਘਰ ਦਾ ਕੰਮ ਹਾਲੇ ਅਸੀਂ ਸ਼ੁਰੂ ਨਹੀਂ ਕਰਵਾ ਸਕਦੇ, ਪੈਸੇ ਮੇਰੇ ਕੋਲ ਹੈਗੇ ਸੀ ਲੇਕਿਨ ਮੈਂ ਪੈਸੇ ਕਿਧਰੇ ਨਾ ਇਨਵੈਸਟ ਕਰ ਦਿੱਤੇ ਨੇ, ਬਾਕੀ ਤੁਸੀਂ ਆਪੇ ਸਮਝ ਜਾਓ। ਹੁਣ ਪੈਸੇ ਕੋਈ ਸਾਲ ਦੋ ਸਾਲ ਜਮ੍ਹਾਂ ਕਰਾਂਗੇ ਤੇ ਫਿਰ ਜਿਹੜਾ ਹੈਗਾ ਨਾ ਬਾਕੀ ਬਚਿਆ ਹੋਇਆ ਘਰ ਬਣਾਵਾਂਗੇ। ਦੂਸਰਾ ਟੇਬਲ ਵੀ ਉੱਪਰ ਜਿਹੜਾ ਹੈਗਾ ਨਾ ਪਹੁੰਚਾ ਦਿੱਤਾ, ਉੱਪਰ ਬੜੀ ਮੁਸ਼ਕਿਲ ਲੈ ਕੇ ਆਇਆ, ਬੈਟਰੀ ਚੱਕ ਕੇ ਅੰਦਰ ਰੱਖ ਦਿੱਤੀ ਹੈ, ਬਾਕੀ ਰਹਿ ਗਈ ਸੋਲਰ ਪਲੇਟ, ਇਹ ਵੀ ਹੁਣ ਚੱਕ ਕੇ ਅੰਦਰ ਰੱਖਣਾ ਕੋਈ ਰਾਤ ਨੂੰ ਲੈ ਨਾ ਜਾਵੇ। ਕੈਮਰੇ ਵਗੇ ਵਗੈਰਾ ਲੱਗੇ ਹੋਏ ਨੇ ਲੇਕਿਨ ਜਦੋਂ ਲੈ ਕੇ ਚਲਾ ਗਿਆ ਬੰਦਾ ਮੁੱਕਰ ਵੀ ਸਕਦਾ ਕਿ ਮੈਂ ਨਹੀਂ ਹੈਗਾ, ਇਸੇ ਕਰਕੇ ਅੰਦਰ ਰੱਖਣਾ ਜ਼ਰੂਰੀ ਹੈ। ਅਤੇ ਬਾਕੀ ਇਨਸ਼ਾਅੱਲਾ ਜੀ ਕੱਲ੍ਹ ਮੁਲਾਕਾਤ ਹੁੰਦੀ, ਖੁਦਾ ਹਾਫਿਜ਼। ਸਲਨੀਗੇਬਾਨ ਕਾਫੀ ਜ਼ਿਆਦਾ ਅੱਜ ਨਾ ਕੰਮ ਕੀਤਾ ਤੁਹਾਡੇ ਸਾਹਮਣੇ, ਥੱਕੇ ਪਿਆ ਲੇਕਿਨ ਇਹਦਾ ਨਾ ਬੱਚਤ ਵੀ ਹੋਈ ਹੈ ਕਿ ਘਰ ਸਾਫ਼ ਹੋ ਗਿਆ ਨਾ, ਅਤੇ ਇਹ ਵਾਲੀ ਜਗ੍ਹਾ ਵੀ ਬਿਲਕੁਲ ਸਾਫ਼ ਸੁਥਰੀ, ਪੌੜੀਆਂ ਵੀ ਸੈੱਟ ਹੋ ਗਈਆਂ ਅਤੇ ਇਹ ਜਗ੍ਹਾ ਵੀ ਬਿਲਕੁਲ ਸਾਫ਼ ਸੁਥਰੀ ਹੋ ਗਈ। ਇਹਦਾ ਫਾਇਦਾ ਕੀ ਹੋਇਆ ਕਿ ਘਰ ਦੇ ਅੰਦਰ ਅੱਜ ਬਹੁਤ ਦਿਨਾਂ ਬਾਅਦ ਘਰ ਦੇ ਅੰਦਰ ਮੱਟੀ ਕੋਈ ਨਹੀਂ, ਘਰ ਨਾ ਬਿਲਕੁਲ ਸਾਫ਼ ਸੁਥਰਾ ਮਸਲ ਹੈ। ਫਰਸ਼ ਤਾਂ ਕੋਈ ਨਹੀਂ ਲੱਗਿਆ ਹੋਇਆ ਲੇਕਿਨ ਇਹ ਕਿ ਵੈਸੇ ਸਾਫ਼ ਸੁਥਰਾ ਮਸਲ, ਮੱਟੀ ਵਗੈਰਾ ਬਿਲਕੁਲ ਕੋਈ ਨਹੀਂ ਹੈ, ਨਾ ਪੈਰ ਵਗੈਰਾ ਗੰਦੇ ਹੋਏ ਨੇ, ਨਾ ਅੱਜ ਸਾਡਾ ਵਾਸ਼ਰੂਮ ਗੰਦਾ ਹੋਇਆ। ਔਰ ਲੈਬਾ ਚਮੜੀ ਖੜੀ ਹੈ,
ਟੀਵੀ ਨੂੰ ਥੱਲੇ ਕੁਰਸੀਆਂ ਸੁਰਸੀਆਂ ਜੋੜ ਕੇ ਉੱਥੇ ਪਿੱਛੇ ਬਹਿ ਕੇ ਵੇਖ। ਅਸਲ 'ਚ ਨਾ ਇਹਨਾਂ ਦਾ ਕਿਸੇ ਦਿਨ ਰਿਮੋਟ ਖਰਾਬ ਹੋ ਗਿਆ ਇਹਦਾ, ਟੀ ਵੀ ਦਾ ਰਿਮੋਟ। ਮੈਂ ਜਾਣਾ ਹੁਣ ਜਿਹੜਾ ਮਿਲ ਗਿਆ ਨਾ, ਮੈਂ ਲੈ ਕੇ ਆਉਂਦਾ ਰਿਮੋਟ ਹੁਣ। ਹਾਂ ਉਹੀ ਇਹਨਾਂ ਬਟਨ ਛੇੜ ਛੇੜ ਕੇ ਰਿਮੋਟ ਦਾ ਅਗਲਾ ਤਿੰਨਾਂ ਨੂੰ ਖਰਾਬ ਕਰਤਾ ਕੰਮ ਵੇਖ। ਮੂੰਹ ਇਹ ਜੁੱਤੀ ਪਾਈ ਫਿਰਦਾ ਤਾਂ ਭੱਜਿਆ ਫਿਰਦਾ। ਨਹੀਂ ਨਹੀਂ ਚੁੱਪ ਕਰ ਚੁੱਪ ਉੱਥੋਂ, ਨਹੀਂ ਨਹੀਂ ਮੇਰਾ ਸ਼ਹਿਜ਼ਾਦਾ ਪੁੱਤਰ ਹੋਇਆ ਅੰਦਰ ਆ ਜਾ। ਬੇਗਮ ਸਾਹਿਬਾ ਮੰਜੇ ਬਿਸਤਰੇ ਜਿਹੜਾ ਹੈਗਾ ਨਾ ਬਣਾ ਰਹੀ, ਬਸ ਨਾ ਦੋ ਚਾਰ ਦੇ ਮਸਾਂ ਅੰਦਰ ਸੋਵਾਂਗੇ ਹੁਣ। ਬਾਰਿਸ਼ ਹੈਗੀ ਅੰਦਰ, ਠੰਡ ਹੈ ਥੋੜ੍ਹੀ ਬਹੁਤੀ, ਹੁਣ ਅਗਰ ਜਿਵੇਂ ਗਰਮੀਆਂ ਪੈ ਰਹੀਆਂ ਸੀ ਹੁਣ ਤੱਕ ਤਾਂ ਮੇਰੇ ਖਿਆਲ ਦੇ ਵਿੱਚ ਨਾ ਆਪਾਂ ਛੱਤ 'ਤੇ ਹੋਣਾ ਸੀ, ਛੱਤ 'ਤੇ ਵੀ ਨਹੀਂ ਜਾ ਸਕਦੇ, ਸਾਡਾ ਤੋਂ ਚਾਰ ਦੀ ਵਾਰੀ ਕੋਈ ਨਹੀਂ ਹੈ। ਹੋਰ ਹੁਣ ਅਸੀਂ ਵੱਧ ਤੋਂ ਵੱਧ ਪਤਾ ਕਿੱਥੇ ਜਾਵਾਂਗੇ, ਇੱਥੇ ਸਾਹਮਣੇ ਉਹ ਮੱਝ ਦੇ ਨਾਲ ਲੰਮੀਆਂ ਇੱਥੇ ਮੰਜੀਆਂ ਪਾ ਦੇਵਾਂਗੇ। ਸਹੀ ਹੈ, ਖੁੱਲ੍ਹੀ ਜਗ੍ਹਾ 'ਤੇ ਹਵਾ ਵਗੈਰਾ ਲੱਗੇ, ਹਾਂ ਬਿਹਤਰੀਨ ਕੰਮ ਹੈ।